ਹੋਰ ਸੁਣਾ ਮੇਰਾ ਵੀਰ ਕੀ ਨਾਮ ਦੱਸ ਦੇ ਮੇਰਾ ਵੀਰ ਕੀ ਆ ਹੈ ਕੀ ਆ ਨਾਮ ਦੱਸ ਮੇਰਾ ਵੀਰ ਹੈ ਆ ਦੇ ਵੀਡੀਓ ਬਣਦੀ ਤੇਰੀ ਆ ਦੇ ਮੇਰਾ ਵੀਰ ਫੋਟੋ ਖਿੱਚਣੀ ਆ ਮੁੱਲਾਪੁਰ ਭੇਜਣੀ ਆ ਮੁੱਲਾਪੁਰ ਜਿੱਥੇ ਦੱਸਦਾ ਨਾ ਮੁੱਲਾਪੁਰ ਉੱਥੇ ਭੇਜਣੀ ਆ ਨਾਮ ਦੱਸ ਦੇ ਕੀ ਆ ਤੇਰੇ ਘਰ ਭੇਜਣੀ ਫੋਟੋ ਫੋਟੋ ਭੇਜਣੀ ਆ ਕੀ ਨਾਮ ਆ ਤੇਰਾ ਨਾਮ ਦੱਸ ਦੇ ਮੇਰਾ ਵੀਰ ਨਾਮੇ ਦਾ ਪੁੱਤ ਕੀ ਕਹਿੰਦਾ ਕੀ ਕਹਿੰਦਾ ਕੀ ਨਾਮ ਦੱਸਿਆ ਨਾਮੇ ਦਾ ਪੁੱਤ ਸੈਂਸੀ ਯਾਦ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰਾਂ ਨੂੰ ਬੇਨਤੀ ਹੱਥ ਬੰਨ ਕੇ ਇੱਕ ਪਹਿਲਾਂ ਤਾਂ ਇੱਕ ਵੀਰ ਵੱਲ ਜਿਹੜੀ ਮੈਂ ਤੁਹਾਨੂੰ ਵੀਡੀਓ ਦਿਖਾ ਲਈ ਆ ਇਹਦੇ ਵੀਰ ਬਾਰੇ ਵੀ ਦੱਸਾਂਗੇ ਇੱਕ ਪਹਿਲਾਂ ਦੱਸਣਾ ਚਾਹੁੰਦਾ ਇੱਕ ਵੀਰ ਜਿਹੜਾ ਥੋੜ੍ਹੇ ਦਿਨ ਪਹਿਲਾਂ ਇੱਕ ਲਾਈਵ ਕੀਤਾ ਜਿਹੜਾ ਤੁਸੀਂ ਅਸੀਂ ਜਿਹੜੀ ਅਰਜ਼ੀ ਕੀਤੀ ਸੀ ਵੀਰੋ ਸ਼ੇਅਰ ਜ਼ਰੂਰ ਕਰਿਓ ਵੀਡੀਓ ਉਹ ਵੀਰ ਦਾ ਅੱਜ ਹੀ ਪਤਾ ਲੱਗ ਚੁੱਕਾ ਉਹਦੇ ਪਰਿਵਾਰ ਨਾਲ ਸੰਪਰਕ ਹੋ ਚੁੱਕਾ ਤਕਰੀਬਨ 3 ਮਹੀਨੇ ਤੋਂ ਗੁੰਮ ਸੀ ਉਹ ਬੱਚਾ ਅਤੇ ਅੱਜ ਉਹ ਇੰਨਾ ਤੁਸੀਂ ਸ਼ੇਅਰ ਕੀਤਾ ਲਗਭਗ 2.5 ਲੱਖ ਦੇ ਲਾਗੇ ਵਿਊ ਚੱਲ ਗਿਆ ਸੀਗਾ ਅਤੇ ਉਹਦੇ ਪਿੰਡਾਂ ਦੇ ਲਾਗੇ ਜਿਹੜਾ ਵੀਡੀਓ ਪਹੁੰਚੀ ਉਹ ਲੁਧਿਆਣੇ ਰੋਪੜ ਲਾਗੇ ਦਾ ਸੌਰੀ ਉਹਦਾ ਪਿੰਡ ਕਿਹੜਾ ਕੈੜੀਆਂ ਕੈੜੀਆਂ ਪਿੰਡ ਦਾ ਉਹ ਨੌਜਵਾਨ ਨਿਕਲਿਆ ਅਤੇ ਉਹ ਆਪਣੇ ਪਰਿਵਾਰ ਕੋਲ ਜਾਊਗਾ ਅੱਜ ਇਸੇ ਤਰ੍ਹਾਂ ਜਿਹੜੇ ਵੀਰ ਦੇਖ ਰਹੇ ਆ ਵੀਡੀਓ ਵੱਧ ਤੋਂ ਵੱਧ ਸਾਰਿਆਂ ਨੇ ਸ਼ੇਅਰ ਕਰ ਦੇਣੀ ਮੇਰਾ ਵੀਰ ਪਹਿਲਾਂ ਸਾਰੇ ਜਿੰਨੇ ਦੇਖ ਰਹੇ ਨਾ ਮੇਰਾ ਵੀਰ ਹੱਥ ਬੰਨ ਕੇ ਬੇਨਤੀ ਹੈ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਤੁਹਾਡੇ ਇੱਕ ਸ਼ੇਅਰ ਦੇ ਨਾਲ ਬੈਠੇ ਹੋ ਤੁਸੀਂ ਘਰ ਦੇ ਵਿੱਚ ਬੈਠੇ ਸੇਵਾ ਕਰ ਸਕਦੇ ਆ ਇਹ ਵੀਰ ਆਪਣਾ ਦੱਸ ਰਿਹਾ ਮੁੱਲਾਪੁਰ ਲਾਗੇ ਲੁਧਿਆਣੇ ਲਾਗੇ ਮੁੱਲਾਪੁਰ ਪਹਿਲਾਂ ਦੱਸਿਆ ਮੈਂ ਮੁੱਲਾਪੁਰ ਦਾ ਫਿਰ ਚਲੋ ਅਸੀਂ ਪੁੱਛਿਆ ਕਿਹਦੇ ਲਾਗੇ ਮੁੱਲਾਪੁਰ ਪੈਂਦਾ ਕਹਿੰਦਾ ਲੁਧਿਆਣੇ ਲਾਗੇ ਇਹ ਵੀਰ ਲੱਗ ਰਿਹਾ ਮੁੱਲਾਪੁਰ ਅਤੇ ਲੁਧਿਆਣੇ ਲਾਗੇ ਦਾ ਲੱਗ ਰਿਹਾ ਨਾਮੇ ਦਾ ਪੋਤਾ ਕੁਛ ਇੱਦਾਂ ਕਹਿ ਰਿਹਾ ਅਤੇ ਕਾਸਟ ਦਾ ਨਾਂ ਲੈ ਰਿਹਾ ਧਰਮਪਾਲ ਕੌਣ ਆ ਹੈ ਪੰਜਾਬੀ ਵੀਰ ਆ ਪੰਜਾਬੀ ਬੋਲਦਾ ਆ ਪਰ ਜਿਹੜੀ ਉਹਨੂੰ ਸਮਝ ਜਿਹੜੀ ਉਹਨੂੰ ਪੂਰੀ ਨਹੀਂ ਹੈਗੀ ਵੀ ਮੈਂ ਪ੍ਰੋਪਰ ਕਿੱਥੇ ਦਾ ਸਿਰਫ ਇੱਕ ਨਾਮ ਨਿਕਲਦੇ ਆ ਮੂੰਹ 'ਚੋਂ ਅਤੇ ਇਸ ਕਰਕੇ ਮੇਰੇ ਵੀਰ ਜਿਹੜੇ ਲੁਧਿਆਣੇ ਲਾਗੇ ਜਾਂ ਮੁੱਲਾਪੁਰ ਦੇ ਕਿਤੇ ਵੀ ਕੁਛ ਜੇ ਕੋਈ ਪਹਿਚਾਣਦਾ ਹੋਵੇ ਵੀਰ ਨੂੰ ਅਤੇ ਜ਼ਰੂਰ ਸਾਡੇ ਨਾਲ ਸਾਡੀ ਸੁਸਾਇਟੀ ਨਾਲ ਸੰਪਰਕ ਕਰੋ ਸਾਡਾ ਹੈਲਪਲਾਈਨ ਨੰਬਰ ਆ 94-72-6895 ਕਾਫੀ 9 ਵੱਡੇ ਲੱਗ ਰਹੇ ਆ ਹੋਰ ਵੀ ਬਾਕੀ ਜਿਹੜੇ ਵੀਰ ਆ ਧੰਨਵਾਦ ਮੈਂ ਕਰਦਾ ਇਹ ਵੀਰਾਂ ਦਾ ਜਿਹੜੇ ਵੀਰ ਇੱਥੇ ਇਹਨੂੰ ਫੜ ਕੇ ਬਿਠਾ ਲਿਆ ਕਿਉਂਕਿ ਰੋਡ ਦੇ ਗੱਭੇ ਜਾ ਰਿਹਾ ਸੀਗਾ ਗੱਡੀਆਂ ਬੜੀਆਂ ਤੇਜ਼ ਹਾਈਵੇ ਜਾ ਰਿਹਾ ਇਹ ਜੰਮੂ ਜਲੰਧਰ ਹਾਈਵੇ ਇਹ ਪੈਂਦਾ ਆ ਇਸ ਟਾਈਮ ਅਸੀਂ ਖੜ੍ਹੇ ਹਾਂ ਗਰਨਾ ਸਾਹਿਬ ਦੇ ਜਿਹੜਾ ਮੋੜ ਦੇ ਉੱਪਰ ਅਸੀਂ ਖੜ੍ਹੇ ਹਾਂ ਅਤੇ ਕਾਫੀ ਇੱਥੋਂ ਦੀ ਗੱਡੀਆਂ ਤੇਜ਼ ਲੰਘ ਰਹੀਆਂ ਅਤੇ ਇਹ ਸੜਕ ਦੇ ਵਿੱਚ ਜਾ ਰਿਹਾ ਸੀਗਾ ਤਾਂ ਫਿਰ ਵੀਰਾਂ ਨੇ ਕਿਹੜੇ ਵੀਰ ਨੇ ਫੋਨ ਕੀਤਾ ਸੀ ਸਾਨੂੰ ਹਾਂਜੀ ਤੁਸੀਂ ਕਿੱਥੇ ਅੱਛਾ ਭਾਅ ਜੀ ਹੁਣ ਅਤੇ ਭਾਅ ਜੀ ਹੁਣੀ ਫੋਨ ਕੀਤਾ ਸੀ ਕਿੱਥੋਂ ਮਿਲਿਆ ਭਾਅ ਜੀ ਵੀਰ ਤੁਹਾਨੂੰ ਅੱਛਾ ਕਿੱਦਾਂ ਕੀ ਕਿਹੜੇ ਹਾਲਾਤ 'ਚ ਸੀਗਾ ਵੀਰ ਜੀ ਕੋਈ ਬੋਲਦਾ ਨਹੀਂ ਸੀ ਕੁਛ ਵੀ ਇੱਦਾਂ ਰੋਡ ਦੇ ਬਿਲਕੁਲ ਗੱਬੇ ਸੀਗਾ 2 ਵਜੇ ਦਾ ਟਰੱਕਾਂ ਵਾਲਿਆਂ ਮਸਿਓ ਬਚਿਆ ਆ ਅੱਛਾ ਸਾਈਡ ਤੇ ਕਰਕੇ ਕੋਈ ਵੇਦਾ ਨਹੀਂ ਇਧਰੋਂ ਗੱਡੀ ਆ ਜਾਏ ਜਿਧਰੋਂ ਮਰਜ਼ੀ ਦਾ ਜੀ ਕਰੇ ਉਹ ਤੁਰਦਾ ਏ ਅੱਛਾ ਸਾਈਡ ਤੇ ਕਰਕੇ ਬਿਠਾਇਆ ਫਿਰ ਅਸੀਂ ਲੈ ਕੇ ਇੱਥੇ ਆ ਕੇ ਤੁਹਾਨੂੰ ਕਾਲ ਕੀਤਾ ਬਿਲਕੁਲ ਦੇਖੋ ਵੀਰਾਂ ਨੇ ਦੇਖਿਆ ਵੀ ਗੱਬੇ ਰੋਡ ਦੇ ਉੱਪਰ ਜਾ ਰਿਹਾ ਤੇ ਇਹਨਾਂ ਨੇ ਆਪਣੇ ਜਿਹੜਾ ਕੋਈ ਫਰਜ਼ ਸਮਝਿਆ ਸੱਚੀ ਇਨਸਾਨੀਅਤ ਦਾ ਫਰਜ਼ ਸਮਝਿਆ ਵੀਰੋ ਇਹੀ ਸੇਵਾ ਆ ਇਹਨੇ ਦੇਖਿਆ ਵੀ ਦਿਮਾਗੀ ਹਾਲਤ ਵੀਰ ਦੀ ਠੀਕ ਨਹੀਂ ਹੈਗੀ ਹੈ ਨਾ ਇਹਨੂੰ ਕੁਛ ਵੀ ਇਸ ਟਾਈਮ ਨਹੀਂ ਪਤਾ ਮੇਰਾ ਨਫਾ ਕਿੱਥੇ ਮੇਰਾ ਨੁਕਸਾਨ ਕਿੱਥੇ ਆ ਅਤੇ ਵੀਰ ਗੱਬੇ ਰੋਡ ਦੇ ਜਾ ਰਿਹਾ ਸੀ ਇਹਨਾਂ ਨੇ ਉੱਥੇ ਟਾਈਮ ਫੜ ਕੇ ਬਿਠਾ ਲਿਆ ਤਾਂ ਸਾਡੇ ਨਾਲ ਸੰਪਰਕ ਕੀਤਾ ਅਤੇ ਦੇਖੋ ਅੱਜ ਇਹਦੀ ਠੀਕ ਠਾਕ ਹੋ ਕੇ ਜੇ ਤੁਸੀਂ ਸ਼ੇਅਰ ਕਰ ਦੋਗੇ ਸਾਰੀ ਵੀਡੀਓ ਪੰਜਾਬ ਦੇ ਵਿੱਚ ਫੈਲੀਏ ਪਤਾ ਲੱਗ ਜੂ ਕਿਉਂ ਹੈ ਪੰਜਾਬ ਦਾ ਆ ਬਾਹਰਲੀ ਸਟੇਟ ਦਾ ਨਹੀਂ ਹੈਗਾ ਅਤੇ ਜੇ ਪੰਜਾਬ 'ਚ ਵੀਡੀਓ ਮੇਰੇ ਵੀਰ ਤੁਸੀਂ ਪਹੁੰਚਾਓਗੇ ਤਾਂ ਇਹਦਾ ਪਰਿਵਾਰ ਵੀ ਲਾਭੂਗਾ ਦੇਖੋ ਕਿਵੇਂ ਅੱਜ 4 ਦਿਨ ਤਕਰੀਬਨ ਪਹਿਲਾਂ ਉਹ ਵੀਡੀਓ ਅਸੀਂ ਬਣਾ ਕੇ ਪੇਜ 'ਤੇ ਪਾਈ ਸੀ ਕਿਹੜੀਆਂ ਪਿੰਡ ਤੋਂ ਰੋਪੜ ਲੱਗੇ ਦਾ ਉਹ ਵੀਰ ਮਿਲ ਚੁੱਕਾ ਆਪਣੇ ਪਰਿਵਾਰ ਨੂੰ ਜਾਊਗਾ ਹੁਣ 1-2 ਦਿਨਾਂ 'ਚ ਅਤੇ ਅੱਗੇ ਨਾਲੋਂ ਠੀਕ ਵੀ ਬਹੁਤ ਹੋ ਗਿਆ ਅਤੇ ਇਸੇ ਤਰ੍ਹਾਂ ਹੁਣ ਮੇਰੇ ਵੀਰ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰੋ ਜਿੰਨੇ ਜਣੇ ਦੇਖਦੇ ਪਹਿਲਾਂ ਸਾਰੇ ਜਣੇ ਸ਼ੇਅਰ ਕਰੋ ਕੀ ਨਾਮ ਦੱਸ ਮੇਰਾ ਵੀਰ ਕੀ ਆ ਨਾਮ ਦੱਸ ਦੇ ਮੇਰਾ ਵੀਰ ਕੇ ਫੋਟੋ ਭੇਜਣੀ ਘਰ ਰੰਗ ਜੇਬ ਅੱਛਾ ਗੱਲਾਂ ਕਿੱਦਾਂ ਨਹੀਂ ਕਰਦਾ ਮੇਰਾ ਵੀਰ ਤੁਸੀਂ ਪਹਿਲਾਂ ਸਾਡੇ ਨਾਲ ਤੁਹਾਡੇ ਨਾਲ ਕੋਈ ਗੱਲਬਾਤ ਕੀਤੀ ਕੋਈ ਸਰਦਾਰ ਬਣਨਾ
चलिए फिर आजा आजा चलिए आजा चलिए चल घर छड़ के जाइए मेरा भी आजा ठीक है भी धन्यवाद बहुत बहुत चाह पानी नहीं नहीं चाह पानी चलो गुरुद्वारा साहब नहीं 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 पानी पी के करना साहब करना साहब उठते ही होते हैं भाई चाह पी के नहीं 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 5 मिनट लगने नहीं नहीं हुन मेरे